ਜਿਹੜੀ ਅੱਛਾ ਫਿਰ ਮਤਲਬ ਉੱਥੋਂ ਆ ਰਹੀ ਹੈ। ਤਾਂ ਮੈਂ ਇਹਦਾ ਐਂਡ ਵੀ ਵਿਖਾਉਣਾ ਵਾ ਕਿ ਇਹਦਾ ਐਂਡ ਕਿੱਥੇ ਦਾਣੀ ਹੈ, ਅਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਲਾਜ਼ਮੀ ਦੱਸਣਾ ਵੇ ਕਿ ਇਸ ਕਣਕ ਨੂੰ ਕੋਈ ਬਿਮਾਰੀ ਵਗੈਰਾ ਤਾਂ ਕੋਈ ਨਹੀਂ ਕੀਤਾ, ਉਹਨੂੰ ਬੁਖਾਰ ਹੈ, ਚੈੱਕ ਕਰੋ ਕਣਕ, ਇਹਨੂੰ ਅਗਰ ਕੋਈ ਕਣਕ ਨੂੰ ਬਿਮਾਰੀ ਵਗੈਰਾ ਹੋਵੇ ਤਾਂ ਲਾਜ਼ਮੀ ਮੈਨੂੰ ਦੱਸਣਾ ਹੈ, ਚੈੱਕ ਕਰਨੀ ਆ। ਅਗਰ ਕੋਈ ਬਿਮਾਰੀ ਵਗੈਰਾ ਹੋਵੇ ਤਾਂ ਤੁਸੀਂ ਲਾਜ਼ਮੀ ਮੈਨੂੰ ਦੱਸਣਾ ਹੈ ਕਮੈਂਟ ਦੇ ਵਿੱਚ, ਕਮੈਂਟ ਦੇ ਵਿੱਚ ਲਾਜ਼ਮੀ ਤੁਹਾਨੂੰ ਦੱਸਣਾ ਹੈ, ਚੈੱਕ ਕਰਨੇ ਆ ਕਣਕ ਨੂੰ ਥੋੜ੍ਹੇ ਜਿਹੇ, ਕਣਕ ਨੂੰ ਬਿਮਾਰੀ ਵਗੈਰਾ ਚੈੱਕ ਕਰੋ। ਸਾਰੇ ਯਾਰ ਉਹ ਮਤਲਬ ਅੱਜ ਕੱਲ੍ਹ ਉਹ ਬਿਮਾਰੀ ਇੱਕ ਆਈ ਖਲੋਤੀ ਹੈ ਨਾ ਯਾਰ, ਉਹ ਜਿਹੜੀ ਹੁੰਦੀ ਹੈ ਮਤਲਬ ਰੱਤੜੀ ਵਗੈਰਾ, ਜਿਹਨੂੰ ਇੱਥੇ ਸਾਡੀ ਮਤਲਬ ਇਸ ਇਲਾਕੇ ਦੀ ਬੋਲੀ ਹੈ ਨਾ ਜਿਹੜੀ ਮਤਲਬ ਦੇ ਉਹਦੇ ਵਿੱਚ ਆਖਿਆ ਜਾਂਦਾ ਕਿ ਰੱਤੜੀ। ਅਤੇ ਜ਼ਿਆਦਾਤਰ ਇਸ ਜਦੋਂ ਕਣਕਾਂ ਪੱਕ ਜਾਂਦੀਆਂ ਨੇ ਅਤੇ ਕਣਕਾਂ ਪੱਕ ਜਾਂਦੀਆਂ ਨੇ ਅਤੇ ਇਸ ਟਾਈਮ ਜ਼ਿਆਦਾਤਰ ਉਸ ਬਿਮਾਰੀ ਦਾ ਜਿਹੜਾ ਨਾ ਜ਼ਿਆਦਾਤਰ ਅਟੈਕ ਹੁੰਦਾ ਹੈ। ਹੋਰ ਤਾਂ ਅੱਲਾ ਦਾ ਸ਼ੁਕਰ ਹੈ ਕਿ ਇਸ ਟਾਈਮ ਮਾਸ਼ਾਅੱਲਾ ਕਣਕ ਬਿਲਕੁਲ ਜ਼ਬਰਦਸਤ ਹੈ, ਬਸ ਜ਼ਿਆਦਾਤਰ ਅਟੈਕ ਜਿਹੜਾ ਨਾ ਰੱਤੜੀ ਦਾ ਹੀ ਹੁੰਦਾ ਹੈ। ਉਹ ਜਿਹੜੀ ਹੈ ਮਤਲਬ ਯਾਨੀ ਕਿ ਜਦੋਂ ਕਣਕ ਦਾਣਾ ਪਾਉਣ ਤਾਂ ਹੁੰਦੀ ਹੈ ਅਤੇ ਉਹ ਜਿਹੜੀ ਹੈ ਲੱਗ ਜਾਵੇ ਰੱਤੜੀ ਬਿਮਾਰੀ ਜਿਹੜੀ ਹੈ, ਅਤੇ ਫਿਰ ਉਹ ਜਿਹੜਾ ਦਾਣਾ ਨਾ ਉਹ ਛੋਟਾ ਜਿਹਾ ਰਹਿ ਜਾਂਦਾ, ਮਤਲਬ ਯਾਨੀ ਕਿ ਜਿਵੇਂ ਬਿਲਕੁਲ ਬਰੀਕ ਜਿਹਾ ਨਹੀਂ ਹੋ ਜਾਂਦਾ, ਮਤਲਬ ਇਹ ਫਿਰ ਉਹ ਨਾ ਦੂਸਰੀ ਗੱਲ ਹੈ ਕਿ ਕਣਕ ਔਸਤ ਨਹੀਂ ਦਿੰਦੀ। ਅੱਛਾ ਔਸਤ ਨਹੀਂ ਦਿੰਦੀ, ਅਤੇ ਇਹਦਾ ਮਤਲਬ ਮੈਂ ਇਹ ਵੀ ਵੇਖਣ ਆਇਆ ਸਾਂ ਕਿ ਕਿਤੇ ਰੱਤੜੀ ਵਗੈਰਾ ਤਾਂ ਨਹੀਂ ਲੱਗੀ, ਇਹਨੂੰ ਸਪਰੇਅ ਕੀਤੀ ਸੀ ਰੱਤੜੀ ਦੀ, ਅਤੇ ਲੇਕਿਨ ਮੈਂ ਉਹ ਚੈੱਕ ਕਰਨ ਆਇਆ ਹਾਂ ਕਿ ਕੰਟਰੋਲ ਹੋਈ ਹੈ ਨਹੀਂ ਹੋਈ, ਅਤੇ ਤੁਹਾਨੂੰ ਵੀ ਵਿਖਾਈ ਹੈ। ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਇਹਨੂੰ ਰੱਤੜੀ ਹੈ ਜਾਂ ਨਹੀਂ ਹੈ, ਕਮੈਂਟ ਵਿੱਚ ਲਾਜ਼ਮੀ ਤੁਹਾਨੂੰ ਦੱਸਣਾ। ਅਤੇ ਦੋਸਤੋ ਇੱਥੇ ਕਰਨੇ ਵੀਡੀਓ ਦਾ ਐਂਡ, ਇੱਕ ਹੈਪੀ ਐਂਡ, ਠੀਕ ਹੈ। ਅਗਰ ਤੁਹਾਨੂੰ ਮੇਰਾ ਵੀਲੌਗ ਚੰਗਾ ਲੱਗਿਆ ਹੋਇਆ ਤਾਂ ਪਲੀਜ਼ ਲਾਈਕ ਕਰ ਦੇ, ਸ਼ੇਅਰ ਕਰ ਦੇ, ਔਰ ਥੱਲੇ ਕਮੈਂਟ ਲਾਜ਼ਮੀ ਕਰਨਾ ਹੈ।